ਕੰਗਨਾ ਰਣੌਤ ਦੇ ਵੱਲੋਂ ਦੀ ਇੱਕ ਪਾਸੇ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਦੂਸਰੇ ਪਾਸੇ ਇੱਕ ਵਾਰ ਮੁੜ ਤੋਂ ਉਹਨਾਂ ਨੇ ਅਜਿਹਾ ਬਿਆਨ ਦੇ ਦਿੱਤਾ ਜਿਸ ਨੂੰ ਲੈ ਕੇ ਚਰਚਾ ਛਿੜ ਗਈ ਹੈ, ਵਿਵਾਦ ਛਿੜ ਪਿਆ। ਹੁਣ ਕਿਸਾਨ ਆਗੂ ਡੱਲੇਵਾਲ ਦੇ ਵੱਲੋਂ ਦੀ ਵੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਕੰਗਨਾ, ਇਹ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ। ਕੰਗਨਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਦੇ ਵਿੱਚ ਕੰਗਨਾ ਨੇ ਜ਼ਿਕਰ ਕੀਤਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਲਾਤਕਾਰ ਹੋਇਆ, ਮਰਡਰ ਹੋਇਆ, ਇਸ ਦਾ ਜ਼ਿਕਰ ਜਿਹੜਾ ਹੈ ਕੰਗਨਾ ਰਣੌਤ ਦੇ ਵੱਲੋਂ ਦੀ ਕੀਤਾ, ਅਗਰ ਇਸ ਨੂੰ ਲੈ ਕੇ ਹਾਲਾਂਕਿ ਥਾਂ ਥਾਂ ਦੇ ਉੱਤੇ ਜਿੱਥੇ ਇਸ ਦਾ ਵਿਰੋਧ ਕੀਤਾ ਜਾ ਰਿਹਾ, ਕੰਗਨਾ ਨੇ ਜੋ ਕਿਹਾ ਸੀ ਕਿ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਉਹ ਇੱਥੇ ਹੁੰਦਿਆਂ ਵੀ ਦੇਰ ਨਹੀਂ ਲੱਗਣੀ ਸੀ, ਕਿਸਾਨ ਅੰਦੋਲਨ ਹੋਇਆ, ਉੱਥੇ ਲਾਸ਼ਾਂ ਲਟਕੀਆਂ ਸੀ, ਬਲਾਤਕਾਰ ਹੋ ਰਹੇ ਸੀ। ਜਦੋਂ ਕਿਸਾਨਾਂ ਦੇ ਹਿੱਤ ਵਾਲੇ ਬਿੱਲ ਵਾਪਸ ਲਏ ਗਏ ਤਾਂ ਪੂਰਾ ਦੇਸ਼ ਹੈਰਾਨ ਹੋ ਗਿਆ ਸੀ, ਪਰ ਉਹ ਕਿਸਾਨ ਅੱਜ ਵੀ ਉੱਥੇ ਬੈਠੇ ਹੋਏ ਨੇ। ਉਹਨਾਂ ਨੇ ਸੋਚਿਆ ਹੀ ਨਹੀਂ ਕਿ ਬਿੱਲ ਜਿਹੜੇ ਨੇ ਉਹ ਵਾਪਸ ਹੋ ਜਾਣਗੇ। ਉਹ ਬਹੁਤ ਲੰਬੀ ਯੋਜਨਾ ਸੀਗੀ ਜਿਵੇਂ ਕਿ ਬੰਗਲਾਦੇਸ਼ ਦੇ ਵਿੱਚ ਹੋਈ, ਇਹ ਕੰਗਨਾ ਰਣੌਤ ਦੇ ਵੱਲੋਂ ਦੀ ਕਿਹਾ ਗਿਆ। ਤਾਂ ਇਹ ਜਦੋਂ ਬਿਆਨ ਦਿੱਤਾ ਕੰਗਨਾ ਰਣੌਤ ਦੇ ਵੱਲੋਂ ਦੀ, ਤਾਂ ਇਸ ਨੂੰ ਲੈ ਕੇ ਹਾਲਾਂਕਿ ਹਰ ਪਾਸੇ ਨਖੇਧੀ ਹੋ ਰਹੀ ਹੈ, ਕਿਉਂਕਿ ਕਿਸਾਨ ਕਹਿ ਰਹੇ ਨੇ ਅਸੀਂ ਇਸ ਕਰਕੇ ਬੈਠੇ ਹਾਂ ਅੰਦੋਲਨ ਦੇ ਵਿੱਚ ਕਿਉਂਕਿ ਉਦੋਂ ਜੋ ਸਾਡੇ ਨਾਲ ਵਾਅਦਾ ਕੀਤਾ ਗਿਆ, ਜਿਸ ਚੀਜ਼ ਨੂੰ ਲੈ ਕੇ ਧਰਨਾ ਉੱਠਿਆ ਸੀ, ਉਹ ਵਾਅਦਾ ਖਿਲਾਫੀ ਸਾਡੇ ਨਾਲ ਕੀਤੀ ਗਈ, ਵਾਅਦੇ ਪੂਰੇ ਨਹੀਂ ਕੀਤੇ ਗਏ। ਪਰ ਕੰਗਨਾ ਰਣੌਤ ਦੇ ਵੱਲੋਂ ਦੀ ਹੁਣ ਲਗਾਤਾਰ ਇਸ ਨੂੰ ਲੈ ਕੇ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਇਹ ਪੂਰਾ ਪਲਾਨ ਸੀਗਾ, ਸਾਜ਼ਿਸ਼ ਸੀਗੀ ਉਸ ਸਮੇਂ ਦੇ ਉੱਤੇ ਜੋ ਕਿਸਾਨ ਬੈਠੇ ਸੀਗੇ, ਔਰ ਬਲਾਤਕਾਰ ਔਰ ਮਰਡਰ ਤੱਕ ਦੀ ਗੱਲ ਜਦੋਂ ਆਖੀ ਗਈ। ਹਾਲਾਂਕਿ ਜਿਹੜੀ ਖੁਦ ਪੰਜਾਬ ਬੀਜੇਪੀ ਹੈ ਉਹ ਕੰਗਨਾ ਰਣੌਤ ਦੇ ਇਸ ਬਿਆਨ ਦੇ ਨਾਲ ਸਟੈਂਡ ਨਹੀਂ ਕਰ ਰਹੀ ਹੈ। ਫਿਲਹਾਲ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸਦੇ ਆ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ। ਜਿਹੜੀ ਕੰਗਨਾ ਰਣੌਤ ਹੈ, ਮੈਂ ਉਹਦੀ ਇੱਕ ਲੜਕੀ ਹੈ, ਮੈਂ ਆਪਦੀ ਹੈਸੀਅਤ ਦੇ ਮੁਤਾਬਕ ਮੈਂ ਉਹਦੇ 'ਤੇ ਕੋਈ ਕਿਸੇ ਤਰ੍ਹਾਂ ਦੀ ਅਜਿਹੀ ਗੱਲ ਕਰਨੀ ਵਾਜਬ ਨਹੀਂ ਸਮਝਦਾ, ਅਤੇ ਸਰਕਾਰ ਨੂੰ ਇਹੋ ਜਿਹੇ ਲੋਕਾਂ 'ਤੇ ਜ਼ਰੂਰ ਮਤਲਬ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਦੇਸ਼ ਦੀ ਵਧੀਆ ਬਣੀ ਹੋਈ ਏਕਤਾ ਨੂੰ, ਵਧੀਆ ਬਣੇ ਹੋਏ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਦਾ ਜਿਹੋ ਜਿਹਾ ਵੀ ਕੋਈ ਉਪਰਾਲਾ ਕਰਦਾ, ਉਹਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ। ਜਿਹੜੀ ਕੰਗਨਾ ਰਣੌਤ ਹੈ, ਮੈਂ ਉਹਦੇ ਤਾਂ ਕੰਗਨਾ ਦੇ ਖਿਲਾਫ਼ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਉੱਧਰ ਪੰਜਾਬ ਬੀਜੇਪੀ ਖੁਦ ਕੰਗਨਾ ਦੇ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹੈ। ਦੱਸ ਦਈਏ ਕਿ ਇੱਥੇ ਬਿਆਨ ਜਿਹੜਾ ਦਿੱਤਾ ਗਿਆ ਇਸ ਤੋਂ ਕਿਨਾਰਾ ਕਰ ਲਿਆ ਗਿਆ ਪੰਜਾਬ ਬੀਜੇਪੀ ਨੇ। ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆਇਆ, ਉਹਨੇ ਕਿਹਾ ਕਿ ਜੇ ਕੰਗਨਾ ਨੇ ਅਜਿਹੀ ਬਿਆਨਬਾਜ਼ੀ ਕਰਨੀ ਹੈ ਤਾਂ ਹਮਲੇ ਹੋਣਗੇ ਹੀ। ਬਾਰੂਦ ਦੇ ਢੇਰ ਦੇ ਉੱਤੇ ਇਸ ਵੇਲੇ ਪੰਜਾਬ ਬੈਠਾ ਹੈ, ਤਾਂ ਇਹ ਹਰਜੀਤ ਗਰੇਵਾਲ ਦੇ ਵੱਲੋਂ ਕਿਹਾ ਗਿਆ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪੰਜਾਬ ਬੀਜੇਪੀ ਦੀ ਲਾਈਨ ਨਹੀਂ ਹੈ, ਪੰਜਾਬ ਬੀਜੇਪੀ ਦੇ ਨਾਲ ਇਸ ਨੂੰ ਜੋੜ ਕੇ ਨਾ ਦੇਖਿਆ ਜਾਵੇ ਜਾਂ ਬੀਜੇਪੀ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਜੋ ਕੰਗਨਾ ਰਣੌਤ, ਕਿਉਂਕਿ ਬੀਜੇਪੀ ਤੋਂ ਐਮਪੀ ਹੈ, ਤਾਂ ਜੇ ਉਹ ਸਦਨ ਦੇ ਵਿੱਚ ਕੁਝ ਬੋਲਦੇ ਨੇ ਤਾਂ ਉਹ ਜਿਹੜਾ ਹੈ ਬੀਜੇਪੀ ਦੇ ਵੱਲੋਂ ਦੀ ਹੁੰਦਾ ਹੈ, ਪਰ ਜੇਕਰ ਉਹ ਕੋਈ ਬਿਆਨ ਇਸ ਤਰੀਕੇ ਦਾ ਦਿੰਦੇ ਨੇ ਤਾਂ ਉਸਦਾ ਨਿੱਜੀ ਬਿਆਨ ਹੈ, ਇਸ ਨੂੰ ਪਾਰਟੀ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਹਰਜੀਤ ਗਰੇਵਾਲ ਨੇ ਕਿਹਾ, ਉਧਰ ਰਾਜਕੁਮਾਰ ਵੇਰਕਾ ਦੇ ਵੱਲੋਂ ਵੀ ਕਿਹਾ ਗਿਆ ਕਿ ਕੰਗਨਾ ਰਣੌਤ ਦੇ ਉੱਤੇ ਐਨਐਸਏ ਲਗਾਉਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੰਗਨਾ ਰਣੌਤ 'ਤੇ ਕਿਹਾ ਗਿਆ ਕਿ ਲਗਾਮ ਲਗਾਈ ਜਾਵੇ, ਅਜਿਹਾ ਜਿਹੜਾ ਬਿਆਨ ਹੈ ਆਮ ਆਦਮੀ ਪਾਰਟੀ ਨੇ ਦਿੱਤਾ। ਉਹਨਾਂ ਦੀ ਫਿਲਮ ਤੋਂ ਵਿਵਾਦ ਹੋਇਆ ਔਰ ਉਹ ਵੀ ਅਜੇ ਕਿਸੇ ਨੇ ਦੇਖੀ ਨਹੀਂ ਹੈ ਪੂਰੀ। ਮੈਂ ਵੀ ਭਿੰਡਰਾਂਵਾਲੇ ਦੇ ਹੱਕ 'ਚ ਨਹੀਂ ਹੈਗਾ ਉਹਦੀ ਉਹਨਾਂ ਦੀ ਵਿਚਾਰਧਾਰਾ ਦੇ, ਪਰ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿ ਕਿਸੇ ਦਾ ਕੋਈ ਅਪਮਾਨ ਕਰੇ, ਭਿੰਡਰਾਂਵਾਲੇ ਦੇ ਵੀ ਕਿਉਂ ਖਿਲਾਫ਼ ਬੋਲੋ। ਜਿੱਥੇ ਵਿਚਾਰਧਾਰਾ ਦੀ ਗੱਲ ਉੱਥੇ ਵਿਰੋਧੀ ਹੈ, ਡਟਕੇ ਹੈਗੇ ਹੈ, ਰਾਸ਼ਟਰਵਾਦ ਦੀ ਵਿਚਾਰਧਾਰਾ ਨਾਲ ਖੜ੍ਹੇ ਹੈ। ਪਰ ਇਹ ਕਹਿਣਾ ਕਿ ਬੰਗਲਾਦੇਸ਼ ਵਾਲੇ ਹਾਲਾਤ ਹੋ ਜਾਣੇ ਸੀ, ਕੰਗਨਾ ਨੂੰ ਪਹਿਲਾਂ ਪੂਰਾ ਨਾ ਇਹ ਅਧਿਐਨ ਕਰ ਲੈਣਾ ਚਾਹੀਦਾ। ਕੰਗਨਾ ਬੋਲ ਰਹੀ ਆ ਉਹ ਭਾਜਪਾ ਦੀ ਵਿਚਾਰਧਾਰਾ ਨਹੀਂ ਹੈਗੀ, ਠੀਕ ਹੈ। ਇੱਕ ਮੈਂਬਰ ਪਾਰਲੀਮੈਂਟ ਜ਼ਰੂਰ ਨੇ ਭਾਜਪਾ ਦੇ, ਉਹ ਜੋ ਲੋਕ ਸਭਾ 'ਚ ਬੋਲਣ ਉਹਦੀ ਜ਼ਿੰਮੇਵਾਰੀ ਸਾਡੀ ਪਾਰਟੀ ਦੀ ਹੁੰਦੀ ਆ, ਪਰ ਜੋ ਇਹ ਬਾਹਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਉਹ ਸਾਡੀ ਸੋਚ ਨਹੀਂ ਹੈ ਬੀਜੇਪੀ ਦੀ। ਅੱਜ ਕੰਗਨਾ ਰਣੌਤ ਨੇ ਕਿਹਾ
ਬਈ ਜਿਹੜਾ ਕਿਸਾਨ ਹੈ ਉਹ ਖਾਲਿਸਤਾਨੀ ਹੈ। ਅੱਜ ਦੇਸ਼ ਦੇ ਕਿਸਾਨ ਨੂੰ ਗਾਲ ਕੱਢੀ ਉਸਨੇ, ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ, ਮਰਡਰ ਹੋਏ। ਔਰ ਮੈਨੂੰ ਲੱਗਦਾ ਹੈ ਕਿ ਕੰਗਨਾ ਰਣੌਤ ਜਿਹੜੀ ਹੈ ਉਹ ਕਿਸੇ ਦੀ ਛਹਿ ਦੇ ਨਾਲ ਬੋਲ ਰਹੀ ਹੈ। ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਨਾ ਰਣੌਤ ਜਿਹੜੀ ਕਿ ਐਮ ਪੀ ਹੈ ਤੁਹਾਡੀ ਚੁਣੀ ਹੋਈ, ਉਹ ਕੋਈ ਆਮ ਆਰਟਿਸਟ ਨਹੀਂ ਹੈ, ਤੁਹਾਡੀ ਐਮ ਪੀ ਹੈ, ਤੁਹਾਨੂੰ ਸਫਾਈ ਦੇਣੀ ਚਾਹੀਦੀ ਹੈ, ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ। ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਡੁਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ। ਬੀਜੇਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ। ਕਦੇ ਉਹ ਕਿਸਾਨ ਜਥੇਬੰਦੀਆਂ ਨੂੰ, ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ, ਕਦੇ ਵੱਖਵਾਦੀ ਕਹਿੰਦੀ ਹੈਗੀ ਹੈ। ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ, ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ, ਕੋਈ ਨੀਅਤ ਹੈਗੀ ਹੈ, ਉਹਨੂੰ ਸਮਰਥਨ ਹੈਗਾ, ਅਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣ ਬੁੱਝ ਕੇ ਇਸ ਸਾਰੇ ਕਿੱਸੇ ਦੇ ਵਿੱਚ ਇਨਵੋਲਵ ਹੈਗੀ ਹੈ। ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ, ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ, ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ। ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਬੀਜੇਪੀ ਦੀ ਜਿਹੜੀ ਐਮ ਪੀ ਕੰਗਨਾ ਰਣੌਤ ਚੱਲ ਰਹੀ ਹੈ। ਅਜਿਹੇ ਕਈ ਆਗੂਆਂ ਦੇ ਉੱਤੇ, ਅਜਿਹੇ ਕਈ ਲੀਡਰਾਂ ਦੇ ਉੱਤੇ ਇਹ ਕਹਿ ਕੇ NSA ਲਗਾਈ ਗਈ ਕਿ ਇਹਨਾਂ ਦੇ ਵੱਲੋਂ ਦੀ ਦੇਸ਼ ਵਿਰੋਧੀ ਬਿਆਨ ਦਿੱਤੇ ਜਾ ਰਹੇ ਨੇ, ਤਾਂ ਕੰਗਨਾ ਰਣੌਤ ਦੇ ਵੱਲੋਂ ਦੀ ਜਿਸ ਤਰੀਕੇ ਦੇ ਬਿਆਨ ਦਿੱਤੇ ਗਏ, ਭੜਕਾਊ ਬਿਆਨ ਦਿੱਤੇ ਗਏ ਕਿ NSA ਲੱਗੇਗੀ, ਇਹ ਵੀ ਸਵਾਲ ਬਰਕਰਾਰ।